सत श्रीकाल जी सारे आस करता तो सर ठीक ठाक होवोंगे। कौमी इंसाफ मोर्चा के मौजूद हाँ जिते कि ये रेहड़ी देख सकते हो। इन वक् वक् तरह के पौधे वक् वक् तरह के बूटे तो जोड़े गुलदस्ते वागू एक चीज़ तैयार करी जाती है, एक बगीचा तैयार किया जा रहा ये कौमी इंसाफ मोर्चा के तस्वीर जी थोड़े ना साझी कर रहे हैं। एक पक्की जी है सोहनी नर्सरी तैयार कर रहे हैं ये वारिस पंजाब जथेबंदी वालों जी है तैयार की जा रही है। तो इस तुम्हें मैं दिखाना कि किस तरह ये बूटे लगाए जा रहे हैं जिन्हों के कई तरह के फुल ने कई तरह के जोड़े वक् वक् तरह के बूटे ने क्यारी गुड के जी है तैयारी की जा रही है। तो इधर शेड लग्या होया इधर भी पक्का कर देना वारिस पंजाब जथेबंदी के वलों ये वधिया जी जगह बनाई जा रही है कि आला दुआला वधिया रहे। तो इतने पूरा पक्का शेड लग जाएगा, ट्राली सी इधर हटा दी गई है तो इधर भी पूरी तैयार करके एक लाइन बना के तो इस भी जोड़े ने एक सोहना बगीचा एक सोहनी पार्क बना लेंगे तो ये जोड़े बूटे लगा दते जाएंगे। तो ये नौजवान जोड़े ने वारिस पंजाब जथेबंदी के नाल जुड़ते हुए इन्हां वल्लों करवाया जा रहा है। तस्वीर जी है बहुत सोहनी है कि वक् वक् तरह के फुल काफ़ी खर्चा ला के ये जड़े ने लगाए जा रहे हैं क्योंकि बहुत सारे महंगे बूटे भी ने इन्हां दे विच तां इत्थे लगाए जा रहे हैं। तो बई होरी साडे नाल ने मैं गल करांगा, बई ये किदां सोचा कंसैप्ट किदां आया भी इदा तैयारी की जा सकती है भी इस तरह के बूटे लगा सकते हैं? हाँ देखो अपना हम जिते जाइए पंजाबियों का एक मकसद है उत्थे अपना घर पा दीजिए, पहला दिल्ली पाले थे पहला दिल्ली अपने घर पाले थे दिल्ली छन्ना बना लिया थी हूँ देखो इतने लगन लग गए बूटे की तैयारी चल पी मतलब पूरी तैयारी है। किन्ना खर्चा लग गया, किन्ना खर्चा आया इन्हां ते फुल्लां ते आ बूटियां ते किन्ना खर्चा आ गया? ਬਾਈ ਜੀ ਇਹ ਆਪਣੇ ਮੋਲੀ ਪੈਦਵਾਣਾ ਤੋਂ ਮੁੰਡੇ ਨੇ ਬਾਹਰੋਂ ਆਏ ਹੋਏ ਆ, ਉਹਨਾਂ ਵੱਲੋਂ ਸੇਵਾ ਕੀਤੀ ਜਾ ਰਹੀ ਆ। ਉਹ ਕਹਿੰਦੇ ਵੀ ਲਵਾ ਲਓ ਬਾਅਦ 'ਚ ਜੋ ਹੋਊਗਾ ਆਪਾਂ ਕਰ ਲਾਂਗੇ, ਇਹਦੇ ਬਾਰੇ ਨੋਟ ਦੇਣੀ ਸਾਨੂੰ ਜੀ। ਮਤਲਬ ਇਹ ਪੂਰਾ ਵੱਖਰਾ ਤਰੀਕਾ ਹੈ, ਇੱਥੇ ਇਹ ਚੀਜ਼ਾਂ ਲਾਉਣੀਆਂ, ਇਹਨਾਂ ਨੂੰ ਪਾਣੀ ਦੇਣਾ ਇੱਕ ਸ਼ੁੱਧ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਹੀ ਕਹਿੰਦਾ ਕਿ ਇੱਕ ਸ਼ੁੱਧ ਵਾਤਾਵਰਨ ਹੋਵੇ ਸਵੱਛ ਭਾਰਤ। ਜਦੋਂ ਆਪਾਂ ਉੱਠਦੇ ਆ ਸਵੇਰੇ ਸਵੇਰੇ ਹਰਿਆਲੀ ਦਿਖੂਗੀ ਆਪਾਂ ਨੂੰ ਹਨਾ, ਤੇ ਦੂਜਾ ਆਪਾਂ ਕੰਮ ਲੱਗੇ ਰਵਾਂਗੇ, ਸ਼ਾਮ ਸਵੇਰੇ ਨੂੰ ਪਾਣੀ ਪਾਵਾਂਗੇ ਵੀ ਆਪਣੇ ਆਪ ਨੂੰ ਆਪਾਂ ਬੀਜੀ ਰੱਖਣ ਵਾਸਤੇ ਇਹ ਕਰਦੇ ਆ ਜੀ। ਮਤਲਬ ਹਰ ਇੱਕ ਚੀਜ਼ ਦੀ ਤਿਆਰੀ ਹੋ ਜਾਏਗੀ, ਵਿਅਸਤ ਸਮਾਂ ਰਹੇਗਾ ਇਸ ਦੇ ਨਾਲ ਕਿ ਕਿਵੇਂ ਦਿਨ ਲੰਘਣਾ, ਕਿਉਂਕਿ ਵਧੀਆ ਸਵੇਰੇ ਜਦੋਂ ਉੱਠਾਂਗੇ ਤਾਂ ਹਰ ਇੱਕ ਤਿਆਰੀ ਕੀਤੀ ਜਾਏਗੀ। ਮਾਤਾ ਜੀ ਵੀ ਸਾਡੇ ਨਾਲ ਨੇ, ਮਾਤਾ ਜੀ ਸਤਿ ਸ਼੍ਰੀ ਅਕਾਲ, ਠੀਕ ਠਾਕ ਹੋਈ? ਹਾਂਜੀ ਬੇਟਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆ ਜਿਹੜੇ ਬੂਟੇ ਲਗਾਏ ਜਾ ਰਹੇ ਨੌਜਵਾਨਾਂ ਵੱਲੋਂ ਪੂਰੀ ਵਧੀਆ ਤਿਆਰੀ ਕੀਤੀ ਜਾ ਰਹੀ ਹੈ, ਇਹਨੂੰ ਕਿਵੇਂ ਦੇਖੋ ਹਨਾ? ਕਹਿੰਦੇ ਜਿੱਥੇ ਬੈਠੀਏ ਤੇ ਮਹਿਕ ਤੇ ਖੁਸ਼ੀ ਬਹੁਤ ਜ਼ਰੂਰੀ ਹੈ ਤੇ ਕੁਦਰਤ ਨੂੰ ਪਿਆਰ ਕਰਨਾ, ਇਹਦੇ ਤੇ ਤਿਤਲੀਆਂ ਭੌਰੇ ਵੀ ਆਉਣਗੇ, ਸੋ ਬਨਸਪਤੀ ਦੇ ਨਾਲ ਵੀ ਮਨੁੱਖ ਨੂੰ ਪਿਆਰ ਕਰਨਾ ਚਾਹੀਦਾ ਕਿਉਂਕਿ ਬਨਸਪਤੀ ਪ੍ਰਮਾਤਮਾ ਨੇ ਸਾਡੇ ਸਾਡੇ ਮਨੁੱਖ ਦੇ ਨਾਲ ਨਾਲ ਦਿੱਤੀ ਹੈ ਸਾਨੂੰ ਹਰ ਇੱਕ ਚੀਜ਼, ਸੋ ਬਹੁਤ ਵਧੀਆ ਲੱਗੇ। ਜਿੱਥੇ ਫਿਰ ਹੁਣ ਅਸੀਂ ਆਪਣਾ ਘਰ ਬਣਾ ਰਹੇ ਹਾਂ ਤੇ ਉੱਥੇ ਸਾਡੀ ਬਾਗਬਾੜੀ ਵੀ ਚੱਲੂਗੀ, ਸੋ ਜਦੋਂ ਅਸੀਂ ਜਿੱਤ ਕੇ ਫਤਿਹ ਕਰਕੇ ਜਾਵਾਂਗੇ ਇਹ ਜਿਆਦਾ ਅਸੀਂ ਛੱਡ ਕੇ ਜਾਵਾਂਗੇ ਇੱਥੇ ਤੇ ਇੱਥੇ ਆਉਣ ਵਾਲੇ ਆਉਂਦੇ ਜਾਂਦੇ ਵੀ ਮਤਲਬ ਦੇਖੇ, ਕਿਉਂਕਿ ਸਰਕਾਰ ਵੀ ਖਾਸ ਤੌਰ ਤੇ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਫੁੱਲ ਬੂਟੇ ਲਾਉਂਦੀ ਹੈ ਪਰ ਉਹ ਐ ਨਹੀਂ ਕਹਿਣਗੇ ਵੀ ਇਹ ਤਾਂ ਕਬਜ਼ਾ ਕਰੀ ਜਾਂਦੇ ਨੇ ਇੱਥੇ ਆ ਲਾਈ ਜਾਂਦੇ ਨੇ। ਦੇਖੋ ਜੀ ਅਸੀਂ ਨਾ ਕਦੇ ਇੱਦਾਂ ਕਬਜ਼ਾ ਕੀਤਾ ਸੀ, ਅਸੀਂ ਦਿੱਲੀ ਗਏ ਸੀ ਅਸੀਂ ਉੱਥੇ ਵੀ ਲਾ ਕੇ ਆਏ ਉੱਥੇ ਵੀ ਕੋਈ ਕਬਜ਼ਾ ਨਹੀਂ, ਜਦੋਂ ਸਾਡੇ ਐਲਾਨ ਹੋ ਗਿਆ ਉਸ ਤੋਂ ਬਾਅਦ ਤਾਂ ਫਿਰ ਇੰਨੀ ਜਲਦੀ ਹੋ ਗਈ ਸਾਰਿਆਂ ਨੂੰ ਕਿ ਅਸੀਂ ਜਲਦੀ ਜਲਦੀ ਘਰ ਜਾਈਏ। ਦੇਖੋ ਇੱਦਾਂ ਦੀ ਸਾਡੇ ਗੁਰੂ ਪਾਤਸ਼ਾਹ ਨੇ ਕਦੇ ਸੋਚ ਲਿੱਤੀ ਹੈ ਸਾਨੂੰ ਕਿ ਅਸੀਂ ਐਵੇਂ ਕਬਜ਼ੇ ਕਰੀਏ, ਨਾ ਸਾਨੂੰ ਲੋੜ ਹੈ, ਪ੍ਰਮਾਤਮਾ ਨੇ ਸਾਨੂੰ ਬਹੁਤ ਕੁਛ ਦਿੱਤਾ ਹੈ, ਅਸੀਂ ਤਾਂ ਆਪਣੇ ਹੱਕ ਲੈਣ ਆਏ ਹਾਂ, ਜੇ ਸਾਨੂੰ ਹੱਕ ਮਿਲ ਜਾਣ ਸਾਨੂੰ ਤਾਂ ਜ਼ਰੂਰਤ ਨਹੀਂ, ਸਾਨੂੰ ਤਾਂ ਸਰਕਾਰ ਕੱਲ੍ਹ ਭੇਜ ਦੇ, ਅਸੀਂ ਇਹ ਫੁੱਲ ਬੂਟੇ ਲਾ ਕੇ ਇੱਦਾਂ ਹੀ ਛੱਡ ਜਾਣੇ ਨੇ, ਇਹ ਸਾਡਾ ਨਹੀਂ ਹੈਗਾ, ਕੁਦਰਤ ਦਾ ਹੈ ਅਤੇ ਅਸੀਂ ਤਾਂ ਪ੍ਰਮਾਤਮਾ ਨੂੰ ਪਿਆਰ ਕਰਦੇ ਹਾਂ ਅਤੇ ਜੋ ਹੋਏਗਾ ਫਿਰ ਦੇਖਾਂਗੇ। ਅਸੀਂ ਤਾਂ ਕਹਿੰਦੇ ਸਰਕਾਰ ਜਲਦੀ ਤੋਂ ਜਲਦੀ ਇਹ ਕਾਨੂੰਨ ਜਿਹੜੇ ਸਾਡੇ ਹੱਕ ਨੇ ਅਤੇ ਉਹ ਸਾਨੂੰ ਦੇਵੇ, ਸਾਡੀਆਂ ਮੰਗਾਂ ਪੂਰੀਆਂ ਕਰੇ, ਸਾਡੇ ਭਰਾ ਆਉਣ ਇੱਥੇ ਮੋਰਚੇ ਦੇ ਵਿੱਚ ਅਤੇ ਉਹ ਸਾਨੂੰ ਇੱਥੋਂ ਲੈ ਕੇ ਜਾਣ ਅਤੇ ਫਿਰ ਹੀ ਅਸੀਂ ਜਾਵਾਂਗੇ, ਬਾਕੀ ਸਰਕਾਰ ਦੀ ਮਰਜ਼ੀ ਹੈ, ਫਿਰ ਅਸੀਂ ਤਾਂ ਆਪਣਾ ਬਾਗ ਬਗੀਚੇ ਲਾਵਾਂਗੇ ਜੀ। ਠੀਕ ਹੈ, ਬਹੁਤ ਸ਼ੁਕਰੀਆ। ਤਾਂ ਸਰਕਾਰ ਦੀ ਮਰਜ਼ੀ ਹੈ, ਜੇ ਸਿੰਘ ਛੱਡਦੀ ਤਾਂ ਠੀਕ ਹੈ, ਨਹੀਂ ਤਾਂ ਅਸੀਂ ਬਾਗ ਬਗੀਚੇ ਲਾਈ ਜਾਵਾਂਗੇ ਕਿਉਂਕਿ ਅਸੀਂ ਕੋਈ ਕਬਜ਼ਾ ਨਹੀਂ ਕਰ ਰਹੇ, ਇੱਥੇ ਹਰਿਆਲੀ ਇਸੇ ਤਰ੍ਹਾਂ ਛੱਡ ਕੇ ਜਾਵਾਂਗੇ, ਸਾਡੀ ਨਿਸ਼ਾਨੀ ਹੋਏਗੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੀ ਇੱਥੋਂ ਲੰਘੇਗਾ ਭਾਵੇਂ ਉਹ ਦੂਰ ਦੁਰਾਡੇ ਤੋਂ ਕਦੇ ਵੀ ਆਏਗਾ, ਸਾਲ ਦੇ ਵਿੱਚ ਚੰਡੀਗੜ੍ਹ ਮੋਹਾਲੀ ਗੇੜਾ ਮਾਰੇਗਾ, ਤਾਂ ਇਸ ਚੀਜ਼ ਨੂੰ ਦੇਖ ਕੇ ਖੁਸ਼ ਹੋਏਗਾ ਕਿ ਅਸੀਂ ਲਗਾਏ ਸੀ। ਤਾਂ ਇਹ ਉਮੀਦ ਰੱਖਦੇ ਨੇ ਕਿ ਕਹਿੰਦੇ ਨੇ ਕਿ ਸਰਕਾਰ ਜਲਦੀ ਤੋਂ ਜਲਦੀ ਜਿਹੜੇ ਸਿੰਘ ਦੇ ਹੱਕ ਕਰਨ
ਤਾਂ ਹੋਰ ਜਿਹੜੀਆਂ ਮੰਗਾਂ ਨੇ ਬਾਕੀ ਦੀਆਂ 3-4 ਮੰਗਾਂ ਨੇ ਉਹ ਵੀ ਪੂਰੀਆਂ ਕੀਤੀਆਂ ਜਾਣ ਤਾਂ ਅਸੀਂ ਇੱਥੋਂ ਉੱਠ ਜਾਵਾਂਗੇ। ਵਾਰਿਸ ਪੰਜਾਬ ਜੱਥੇ ਵੱਲੋਂ ਕੀਤਾ ਜਾ ਰਿਹਾ ਤਾਂ ਇਹਨਾਂ ਵੱਲੋਂ ਪੂਰੀ ਤਿਆਰੀ ਕੀਤੀ ਜਾ ਰਹੀ ਹੈ, ਵੱਖ ਵੱਖ ਤਰ੍ਹਾਂ ਦੇ ਫੁੱਲ ਬੂਟੇ ਲਗਾ ਕੇ ਇੱਕ ਬਗੀਚਾ ਤਿਆਰ ਕੀਤਾ ਜਾ ਰਿਹਾ।